ਇਹ ਪ੍ਰਾਇਮਰੀ ਸਕੂਲ ਆ, ਬਾਬੇ ਬੈਠੇ ਨੇ, ਟਾਈਮ ਪਾਸ ਕਰ ਰਹੇ ਨੇ ਆਪਣਾ। ਆੜੀ ਪਿੰਡ ਆਲਮਗੀਰ ਆ ਨਾ ਇਹ, ਔਰ ਸਾਹਮਣੇ ਵਾਲਾ ਗੇਟ ਦੇਖੋ ਕਿੱਡਾ ਘੈਂਟ ਆ। ਹਾਂਜੀ ਮਿੱਤਰੋ, ਕਿੱਦਾਂ ਹਾਲ ਚਾਲ? ਆਪਾਂ ਹੈਗੇ ਜੀ ਫਿਲਹਾਲ ਮਲੇਰਕੋਟਲਾ ਰੋਡ 'ਤੇ, ਇੱਥੋਂ ਆਪਾਂ ਐਂਟਰੀ ਲੈ ਰਹੇ ਹਾਂ ਆਲਮਗੀਰ ਪਿੰਡ ਵੱਲ। ਅੱਜ ਦੀ ਵੀਡੀਓ ਹੈਗੀ ਆ ਪਿੰਡਾਂ ਦੀ, ਇੱਥੇ ਐਂਟਰੀ ਕਰਦੇ ਸਰ ਨਾਲ ਹੀ ਹੈਗੀ ਆ ਗੋਲਡਸਟ ਮਾਰਕੀਟ, ਅਤੇ ਇੱਥੋਂ ਆਪਾਂ ਐਂਟਰੀ ਕਰੀ ਆ ਆਲਮਗੀਰ ਪਿੰਡ ਦੀ। ਇਹ ਪਿੰਡ ਬਹੁਤ ਮਸ਼ਹੂਰ ਆ ਮੰਜੀ ਸਾਹਿਬ ਗੁਰਦੁਆਰੇ ਕਰਕੇ। ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ, ਤਾਂ ਇਹ ਇਤਿਹਾਸਿਕ ਗੁਰਦੁਆਰਾ ਆ। ਗੁਰਦੁਆਰੇ ਦੀ ਵੀਡੀਓ ਕਿਸੇ ਦਿਨ ਅਲੱਗ ਤੋਂ ਬਣਾ ਦਾਂਗੇ, ਅਤੇ ਅੱਜ ਦੀ ਹੈਗੀ ਆ ਆਪਣੀ ਪਿੰਡਾਂ ਦੀ ਗੇੜੀ। ਆਲਮਗੀਰ ਤੋਂ ਮੈਂ ਜਾਣਾ ਫਲਾਈ ਸਾਹਿਬ ਵੱਲ, ਉਹ ਪਿੰਡ ਪੈਂਦਾ ਸ਼ਾਇਦ ਦੁਲੇ। ਅਤੇ ਜਿਹੜੀ ਇਹ ਮੇਨ ਰੋਡ ਆ, ਇਹ ਸਿੱਧੀ ਸਿੱਧੀ ਗੁਰਦੁਆਰਾ ਸਾਹਿਬ ਨੂੰ ਹੀ ਜਾਂਦੀ ਆ ਆਲਮਗੀਰ ਸਾਹਿਬ। ਗੁਰਦੁਆਰਾ ਹੈਗਾ ਮੰਜੀ ਸਾਹਿਬ। ਅਤੇ ਇਸ ਤੋਂ ਅਗਲੀ ਵੀਡੀਓ ਸ਼ਾਇਦ ਅਪਰੇ ਸਾਈਡ ਦੀ ਹੋਊਗੀ, ਦੁਆਬੇ ਵਾਲੇ ਪਾਸੇ ਦੀ, ਕਿਉਂਕਿ ਉਹਦੇ ਕਮੈਂਟ ਕਮੁੰਟ ਬੜੇ ਆਏ ਹੋਏ ਆ ਅਪਰੇ ਦੇ ਨਾਲ ਦੇ ਪਿੰਡਾਂ ਦੀ ਨਜ਼ਾਰੇ ਦੀ। ਉੱਥੇ ਪਤਾ ਨਹੀਂ ਮੈਂ ਸ਼ਾਇਦ ਗਿਆ ਕਿ ਨਹੀਂ ਗਿਆ, ਅਤੇ ਆ ਗਿਆ ਗੁਰਦੁਆਰਾ ਸਾਹਿਬ, ਗੁਰਦੁਆਰਾ ਮੰਜੀ ਸਾਹਿਬ। ਆ ਗੁਰਦੁਆਰੇ ਦੇ ਬਾਹਰ ਦੀ ਮਾਰਕੀਟ ਆ, ਅਤੇ ਹੈਗਾ ਜੀ ਮੇਨ ਗੇਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇਹ ਹੈਗੀ ਆ ਮਾਰਕੀਟ ਗੁਰਦੁਆਰਾ ਸਾਹਿਬ ਦੀ, ਅਤੇ ਇੱਥੋਂ ਆਪਾਂ ਐਂਟਰੀ ਕਰ ਲਈ ਹੈ ਜੀ ਗਾਂ ਪਿੰਡ ਵੱਲ ਨੂੰ। ਇੱਧਰੋਂ ਇਹ ਰਾਹ ਜਾਂਦਾ ਸਿੱਧਾ ਇੱਧਰ ਦੇ ਹੋਰ ਪਿੰਡਾਂ ਵੱਲ ਨੂੰ, ਅਤੇ ਮੈਂ ਜਾਣਾ ਇੱਧਰੋਂ ਫਲਾਈ ਸਾਹਿਬ। ਇਹ ਪੂਰਾ ਆਲਮਗੀਰ ਪਿੰਡ ਹੀ ਆ, ਤਾਂ ਖੱਬੇ ਪਾਸੇ ਸਾਰੇ ਖੇਤ ਖੇਤ ਨੇ, ਅਤੇ ਇੱਧਰ ਰਿਹਾਇਸ਼ਾਂ ਨੇ, ਇੱਥੇ ਇੱਕ ਦੋ ਸ਼ਹਿਰ ਕਲੋਨੀਆਂ ਵੀ ਕੱਟੀਆਂ ਹੋਈਆਂ ਨੇ। ਇਹ ਪਿੰਡ ਦੀ ਮੇਨ ਰੋਡ ਆ, ਜਿਹੜੇ ਜਿਹੜੇ ਬੰਦੇ ਇਸ ਪਿੰਡ ਤੋਂ ਆ ਉਹ ਜ਼ਰੂਰ ਕਮੈਂਟ ਕਰੀਓ। ਆ ਮਿਲ ਲਾ ਇੱਥੇ ਸ਼ਮਸ਼ਾਨ ਘਾਟ ਆ ਸ਼ਹਿਰ, ਆ ਜਿੰਮ ਬੜਾ ਵਧੀਆ ਖੁੱਲ ਗਿਆ ਯਾਰ ਇੱਥੇ। ਆ ਪਿੰਡ ਦਾ ਗੇਟ ਆ ਜੀ, ਜੇ ਇੱਧਰਲੇ ਪਾਸੇ ਐਂਟਰੀ ਕਰਦੇ ਹਾਂ ਉੱਧਰੋਂ ਜਿਹੜੇ ਮੇਨ ਗੇਟ ਦਾ ਆਪਾਂ ਵੀਡੀਓ ਸਟਾਰਟ ਕੀਤੀ ਸੀਗੀ, ਅਤੇ ਇੱਥੇ ਆ ਛੋਟੀ ਜਿਹੀ ਇੱਕ ਮਾਰਕੀਟ ਆ, ਅਤੇ ਅੱਗੇ ਸਿੱਧਾ ਰਾਹ ਪਤਾ ਨਹੀਂ ਕਿਹੜੇ ਪਿੰਡ ਨੂੰ ਜਾਂਦਾ। ਆਪਾਂ ਜਾਵਾਂਗੇ ਆਹ ਰੋਡ ਤੋਂ, ਇਹ ਜੱਸੋਵਾਲ ਦੇ ਫਲਾਈ ਸਾਹਿਬ ਵੱਲ ਜਾਂਦਾ ਕਹਿੰਦੇ ਰਾਹ, ਅਤੇ ਆ ਨਾਲ ਛੋਟੀ ਛੋਟੀ ਨਹਿਰ ਜੀ ਜਾ ਰਹੀ ਆ, ਇੱਕ ਗੇੜਾ ਇੱਧਰ ਨੂੰ ਵੀ ਲਾ ਕੇ ਆਉਂਦੇ ਹਾਂ, ਤੁਹਾਨੂੰ ਦਿਖਾ ਦਿੰਦਾ ਇੱਧਰ ਵੀ ਕੀ ਆ, ਗਿਆ ਮੈਂ ਵੀ ਨਹੀਂ ਕਦੇ। ਨਹੀਂ ਇੱਧਰ ਕੁਛ ਖਾਸ ਤਾਂ ਨਹੀਂ ਹੈਗਾ, ਅੱਗੇ ਜਾ ਕੇ ਮੈਂ ਲਾ ਲੈਣਾ ਲੂਣਾ ਵਾਲ ਰਾਹ ਜਾਂਦਾ, ਜਾਂ ਫਿਰ ਰਾਹ ਹੀ ਬੰਦ ਹੋ ਜਾਂਦਾ। ਆਹ ਨਾਲ ਛੋਟੀ ਜਿਹੀ ਨਹਿਰ ਜਾਂਦੀ ਆ, ਅਤੇ ਆਪਾਂ ਚੱਲਦੇ ਹਾਂ ਦੁਬਾਰਾ ਆਪਣੇ ਰੂਟ 'ਤੇ।
ਆਪਾਂ ਆ ਗਏ ਹਾਂ ਜੀ ਪਿੰਡ ਦੇ ਵਿੱਚ। ਮੈਨੂੰ ਲੱਗਦਾ ਇਹ ਪਿੰਡ ਆਲਮਗੀਰੀ ਆ। ਬਾਈ ਇਹ ਪਿੰਡ ਕਿਹੜਾ ਵੱਜਦਾ? ਆਲਮਗੀਰੀ ਆ। ਠੀਕ ਆ ਜੀ, ਇਹ ਆਲਮਗੀਰ ਪਿੰਡ ਹੀ ਆ ਜੀ। ਮਤਲਬ ਕਿ ਉੱਥੋਂ ਸਟਾਰਟ ਹੁੰਦਾ ਜਿੱਥੋਂ ਆਪਾਂ ਐਂਟਰੀ ਕੀਤੀ ਆ। ਮੈਨੂੰ ਲੱਗਿਆ ਸੀ ਇਹ ਪਿੰਡ ਅਲੱਗ ਨਾ ਹੋਵੇ, ਪਰ ਆਲਮਗੀਰੀ ਆ ਪਿੰਡ। ਆਹ ਰੋਡ ਪਿੰਡ ਦੀ ਬਹੁਤ ਚੱਲਦੀ ਆ। ਜੱਸੋਵਾਲ ਇੱਥੋਂ ਹੈਗਾ 3 ਕਿਲੋਮੀਟਰ। ਅਤੇ ਜੇ ਇੱਥੋਂ ਕੋਈ ਗਲੀ ਮੇਨ ਜਾਂਦੀ ਆ ਨਾ, ਮੈਂ ਪਿੰਡ ਦੀਆਂ ਕਦੋਂ ਗਲੀਆਂ ਵੀ ਦਿਖਾਉਂਦਾ। ਅਤੇ ਪਿੰਡ 'ਚ ਦੇਖੋ ਨਾਲੀਆਂ ਨੂਲੀਆਂ ਉੱਦੀ ਨੇ ਜਿੱਦਾਂ ਪੁਰਾਣੇ ਪਿੰਡਾਂ 'ਚ ਹੁੰਦੀਆਂ ਸੀਗੀਆਂ। ਜਾਂਦਾ ਪਿੰਡ ਦੇ ਅੰਦਰ ਨੂੰ ਰਾਹ। ਸਾਈਡਾਂ ਨੇ ਦੇਖੋ ਹਰੇਕ ਦੇ ਘਰ ਦੇ ਬਾਹਰ ਇੱਟਾਂ ਨੇ ਤੇ ਨਾਲ ਨਾਲ ਨਾਲੀ ਜਾਂਦੀ ਆ। ਹੁਣ ਕਈ ਪਿੰਡਾਂ ਜਾ ਕੇ ਪਿੰਡ ਦੀਆਂ ਗਲੀਆਂ ਹੈਗੀਆਂ ਇੱਟਾਂ ਦੀਆਂ ਹੀ ਹਜੇ ਵੀ। ਇੱਕ ਜਿਹੜੀ ਹੋਰ ਪਿੰਡ ਦੇ ਨਾ ਵਿੱਚੋਂ ਦੀ ਲਾ ਕੇ ਚੱਲਦਾ, ਦੇਖਦਾ ਜੇ ਨਾਲੀਆਂ ਨੁਲੀਆਂ ਜਿਹੜੀਆਂ ਇੱਟਾਂ ਵਾਲੀਆਂ ਗਲੀਆਂ ਜੇ ਉਹ ਦਿਖਾ ਹੁੰਦੀਆਂ ਤੇ ਆਪਾਂ ਮੁੜ ਗਿਆ ਸੱਜੇ ਪਾਸੇ ਵਾਲੇ ਰੋਡ ਨੂੰ ਜਾਣਾ। ਪਰ ਆਪਾਂ ਹੁਣ ਪਹਿਲਾਂ ਇੱਕ ਪਿੰਡ ਦੇ ਵਿੱਚੋਂ ਗੜੀ ਲਾ ਕੇ ਜਾਂਦੇ ਹਾਂ, ਕੋਈ ਇੱਕ ਅੱਧੀ ਗਲੀ ਥਾਣੀ ਦੀ। ਇੱਟਾਂ ਵਾਲੀਆਂ ਗਲੀਆਂ ਦਿਖਾਉਂਦਾ ਕਿਉਂਕਿ ਸਾਨੂੰ ਤਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਸ਼ਹਿਰ ਵਾਲਿਆਂ ਨੂੰ। ਆ ਇੱਧਰੋਂ ਦੁਬਾਰਾ ਰਾਹ ਜਾਂਦਾ ਮੇਨ ਬਾਈਪਾਸ ਵੱਲ, ਮਲੇਰਕੋਟਲੇ ਰੋਡ ਵੱਲ। ਆ ਗਲੀ ਜਾਊਗੀ? ਹਾਂ ਜਾਂਦੀ ਆ ਜੀ, ਜਾਂਦੀ ਆ। ਇਹ ਆ ਗਿਆ ਜੀ ਆਪਾਂ ਪਿੰਡ ਦੇ ਵਿੱਚ। ਇੱਥੇ ਤਾਂ ਲੱਗੇ ਹੋਏ ਇੰਟਰਲੋਕ ਟਾਇਲ। ਮੈਂ ਸੋਚਿਆ ਸੀ ਉਹ ਪੁਰਾਣੀਆਂ ਇੱਟਾਂ ਸਟਾਇਲ ਵਾਲੀਆਂ ਗਲੀਆਂ ਨੇ ਪਿੰਡ 'ਚ ਹੈਗੀਆਂ ਨੇ। ਆਹ ਸ਼ਾਇਦ ਕੋਈ ਮੇਨ ਗਲੀ ਆ, ਤਾਂ ਇੱਥੇ ਇੱਦਾਂ ਹੀ ਆ। ਉਹ ਆ ਗਿਆ ਵਿੱਚ ਪਿੰਡ ਦਾ ਸਕੂਲ। ਮਗਲਾ ਹੈਗਾ ਸਰਕਾਰੀ ਸਕੂਲ। ਹਾਂ ਇਹ ਪ੍ਰਾਇਮਰੀ ਸਕੂਲ ਆ। ਸਾਹਮਣੇ ਆ ਗਈ ਪਿੰਡ ਦੀ ਸੱਥ। ਬਾਬੇ ਬੈਠੇ ਨੇ, ਟਾਈਮ ਪਾਸ ਕਰ ਰਹੇ ਨੇ ਆਪਣਾ। ਪਿੰਡ ਦਾ ਯਾਰ ਸੋਹਣਾ ਬਣਿਆ ਹੋਇਆ। ਆਲਮਗੀਰ ਪਿੰਡ ਆ ਇਹ। ਆਪਾਂ ਦੁਬਾਰਾ ਆ ਕੇ ਮਿਲ ਗਏ ਹਾਂ, ਮੈਨੂੰ ਲੱਗਦਾ ਉਸੇ ਰੋਡ 'ਤੇ। ਆੜੀ ਪਿੰਡ ਆਲਮਗੀਰ ਆ ਨਾ ਇਹ? ਅੱਛਾ, ਆਹ ਵੀ ਇੱਥੇ ਬੜੀ ਕਲੋਨੀ ਕੱਟੀ ਆ। ਅੱਛਾ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਕਲੋਨੀ ਸੋਹਣੀ ਆ ਯਾਰ, ਬਟ ਆਪਾਂ ਜਿਹੜੇ ਰਾਹ 'ਤੇ ਜਾਣਾ ਉਸੇ ਰਾਹ 'ਤੇ ਚੱਲੀਏ। ਕਲੋਨੀ ਦੀ ਮਾੜੀ ਜਿਹੀ ਲੁੱਕ ਦਿਖਾ ਦਿੰਦਾ ਬਾਹਰੋਂ ਹੀ। ਲੱਗਦਾ ਤਾਂ ਫਾਰਮ ਹਾਊਸ ਹੀ ਆ। ਪਰ ਕਲੋਨੀ ਹੋਈ ਆ।
ਤੇ ਆ ਕੇ ਦੁਬਾਰਾ ਆਪਾਂ ਉਸੇ ਰੋਡ ਤੇ ਗਲੀ ਪਾਉਂਦੇ ਆਪਾਂ ਪਿੰਡ ਦੀ, ਫਿਰ ਮੇਲਾ ਦੁਬਾਰਾ ਉੱਥੇ ਸੱਤ ਕੋਲ ਜਾਊਗੀ। ਹਾਂ, ਇੱਦਾਂ ਦੀਆਂ ਗਲੀਆਂ ਦਿਖਾਉਣੀਆਂ ਚਾਹੁੰਦੀਆਂ ਚਾਹੁੰਦਾ ਸੀਗਾ, ਕਿਉਂਕਿ ਅਸਲੀ ਤਾਂ ਇਹ ਗਲੀਆਂ ਨੇ ਪਿੰਡਾਂ ਦੀਆਂ। ਔਰ ਸਾਹਮਣੇ ਵਾਲਾ ਗੇਟ ਦੇਖੋ ਕਿੱਡਾ ਘੈਂਟ ਆ, ਪੁਰਾਣੇ ਜ਼ਮਾਨਿਆਂ 'ਚ ਇੱਦਾਂ ਦੇ ਹੁੰਦੇ ਸੀ ਸਾਰੇ ਗੇਟ। ਹਾਂ, ਇੱਧਰ ਆ ਖੱਬੇ ਪਾਸੇ ਰਹਿ ਗਈ ਸੱਤ। ਆ ਸਾਹਮਣੇ ਇੱਕ ਹੋਰ ਸਕੂਲ ਆ ਗਿਆ ਪਿੰਡ ਆਲਮਗੀਰ ਦਾ, ਸਕੂਲ ਚਾਹੇ ਵੀ ਪ੍ਰਾਇਮਰੀ ਆ, ਅੱਛਾ ਹੈ ਉਹੀ ਸਕੂਲ ਆ। ਆੜੀ ਆਲਮਗੀਰ ਪਿੰਡ ਹੀ ਆ ਇਹ। ਓਕੇ, ਆਪਾਂ ਦੁਬਾਰਾ ਉੱਥੇ ਨਿਕਲੇ ਹਾਂ, ਉੱਥੋਂ ਆਪਾਂ ਚੱਲਦੇ ਹਾਂ ਸੱਜੇ ਪਾਸੇ ਨੂੰ। ਆਈ ਹੋਪ ਰਾਹ ਉੱਧਰ ਰੋਡ ਵੱਲ ਨਿਕਲਦਾ ਹੀ ਹੋਊਗਾ। ਇੱਥੇ ਆ ਕੇ ਆਉਂਦੀ ਆ ਪੂਰੀ ਪਿੰਡਾਂ ਵਾਲੀ ਫੀਲ। ਜਦੋਂ ਮੈਂ ਛੋਟਾ ਹੁੰਦਾ ਨਾ, ਨਾਨਕੇ ਜਾਂਦਾ ਹੁੰਦਾ ਸੀਗਾ, ਜਿੱਥੇ ਜਿੱਥੇ ਨਾ ਜਿਹੜੇ ਜਿਹੜੇ ਪਿੰਡਾਂ 'ਚ ਹਲਕੀਆਂ ਹਲਕੀਆਂ ਨਾਲੀਆਂ ਨੇ, ਸ਼ਾਇਦ ਇਹਨਾਂ ਦੀ ਸਮੈਲ ਹੁੰਦੀ ਹੈ ਮਾੜੀ ਮੋਟੀ, ਪਤਾ ਨਹੀਂ ਇੱਟਾਂ ਵਾਲੀ ਰੋਡ ਦੀ ਹੁੰਦੀ ਆ। ਇਹਦੀ ਨਾ ਇੱਕ ਵੱਖਰੀ ਜਿਹੀ ਫੀਲਿੰਗ ਆ। ਜਦੋਂ ਅਸੀਂ ਪਿੰਡ ਨੂੰ ਜਾਂਦੇ ਸੀ ਨਾ, ਇਹ ਸਮੈਲ ਦੇਖ ਲਓ ਇੱਕ ਭੁੱਲਦੀ ਨਹੀਂ ਮੈਨੂੰ, ਅਤੇ ਉਦੋਂ ਦੀ ਮਨ 'ਚ ਵਸੀ ਹੋਈ ਆ। ਅਤੇ ਹੁਣ ਜਦੋਂ ਵੀ ਕੋਈ ਮੈਂ ਦਾੜੇ ਪਿੰਡ ਵੜਦਾ, ਮੈਨੂੰ ਉਹ ਸਮੈਲ ਆਉਂਦੀ ਆਉਂਦੀ ਆ। ਹਾਂ, ਇੱਥੇ ਟੋਭਾ ਜਿਹਾ ਇੱਕ ਦਰੱਖਤ ਦੇਖੋ ਪਰ ਕਿੱਡੇ ਪੁਰਾਣੇ ਪੁਰਾਣੇ ਆ। ਆ ਗਿਆ ਮੇਲਾ ਸ਼ਮਸ਼ਾਨ ਘਾਟ। ਹਾਂ, ਇਹ ਸ਼ਮਸ਼ਾਨ ਘਾਟ ਆ। ਹਾਂ, ਰਸਤਾ ਦੇਖੋ ਯਾਰ ਕਿੰਨਾ ਵਧੀਆ। ਇੱਥੇ ਕੋਈ ਘਰ ਨਹੀਂ ਗਾ, ਇਕੱਲੇ ਖੇਤ ਹੀ ਖੇਤ ਆ। ਪਰ ਦੇਖੋ ਕਿੱਡਾ ਘੈਂਟ ਰਾ, ਮੈਨੂੰ ਬਹੁਤ ਘੈਂਟ ਲੱਗਦਾ ਇਹ ਰਾ। ਇੱਕ ਵਾਰੀ ਇੱਥੇ ਕਿਤੇ ਮੇਰੀ ਗੱਡੀ ਖਰਾਬ ਹੋ ਗਈ ਸੀ। ਖਰਾਬ ਨਹੀਂ ਹੋਈ ਸੀ, ਮਤਲਬ ਕਿ ਮੈਂ ਰੇਡੀਏਟਰ 'ਚ ਪਾਣੀ ਨਹੀਂ ਸੀ ਚੈੱਕ ਕੀਤਾ, ਅਤੇ ਮਤਲਬ ਗੱਡੀ ਗਰਮ ਹੋ ਗਈ ਸੀ। ਫਿਰ ਆਹ ਜਿਹੜਾ ਘਰ ਪਿੱਛੇ ਲੰਘਿਆ, ਇੱਥੋਂ ਮੈਂ ਲਈ ਸੀ ਪਾਣੀ ਦੀ ਬੋਤਲ ਉਹਨਾਂ ਤੋਂ ਭਰਾਈ। ਬੜਾ ਵਧੀਆ, ਮਤਲਬ ਕਿ ਵੈਲਕਮ ਬਹੁਤ ਸੋਹਣਾ ਕਰਦੇ ਆ ਯਾਰ ਪਿੰਡਾਂ ਵਾਲੇ। ਸ਼ਹਿਰਾਂ 'ਚ ਤਾਂ ਉਹਨਾਂ ਨੂੰ ਟੈਨਸ਼ਨ ਪੈ ਜਾਂਦੀ ਆ, ਇਹ ਕਿਹੜਾ ਆ ਗਿਆ ਮੰਗਣ ਵਾਲਾ, ਆ ਗਿਆ ਇੱਟਾਂ ਦਾ ਪੱਠਾ। ਬੰਦੇ ਬੈਠੇ ਚਾਹ ਪੀਂਦੇ ਸੀ। ਆਹ ਰੂਟ 'ਤੇ ਕੋਈ ਟਾਵੀਂ ਟਾਵੀਂ ਕੋਠੀ ਆ ਬਸ। ਆ ਹੁਣ ਜਾ ਕੇ ਮੇਨ ਪਿੰਡ ਦੀ ਰੌਣਕ ਸਟਾਰਟ ਹੋਈ ਆ। ਮੇਲਾ ਪਿੰਡ ਇਹ ਆਲਮਗੀਰ ਨਹੀਂ ਹੈਗਾ, ਇਹ ਪਿੰਡ ਕੋਈ ਹੋਰ ਆ, ਆਲਮਗੀਰ ਰਹਿ ਗਿਆ ਮੇਲਾ ਪਿੱਛੇ। ਵੀਰੇ ਯਾਰ ਆ ਪਿੰਡ ਕਿਹੜਾ ਆ? ਦਲੇ। ਠੀਕ ਆ ਜੀ, ਇਹ ਦਲੇ ਪਿੰਡ ਆ ਗਿਆ ਜੀ ਆਪਾਂ, ਜਿਹੜੇ ਪਿੰਡ ਮੈਂ ਜਾਣਾ ਸੀ। ਇਹ ਵੀ ਪਿੰਡ ਉੱਦਾਂ ਦਾ ਹੀ ਆ। ਫਲਾਈ ਸਾਹਿਬ ਨੂੰ ਰਾਹ ਜਾਂਦਾ ਆਹ ਵਾਲਾ।
ਬਾਕੀ ਵੀਡੀਓ ਦੇਖਣ ਲਈ ਧੰਨਵਾਦ। ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਸੀਗੀ ਆਲਮਗੀਰ ਤੋਂ ਦਲੋਏ ਪਿੰਡ ਦੀ ਵੀਡੀਓ।